पति ने कुल्हाड़ी मारकर किया पत्नी का कत्ल, औलाद ना होने पर था खफा। पत्नी पर करता था वैध संबंध होने का शक। तरन तारण के कस्बा पट्टी में एक युवक ने कुल्हाड़ी मारकर अपनी पत्नी का कत्ल कर दिया। आरोपी शादी के एक वर्ष बाद भी औलाद ना होने से पत्नी पर खफा था। वह अपनी पत्नी पर बाहर अन्य लोगों के साथ अवैध संबंध होने का शक करता था। पुलिस ने आरोपी को गिरफ्तार कर आगे की कार्रवाई आरंभ कर दी है। इसी रंजिश के अंतर्गत आरोपी अमरजीत सिंह ने गत रात किरणदीप कौर के सिर पर कुल्हाड़ी मारकर उसका कत्ल कर दिया। उसके शव को रेलवे लाइन के समीप दीवार के पास छोड़ आया। केस एसपी ने बताया कि पुलिस ने आरोपी अमरजीत सिंह को गिरफ्तार कर धारा 302 के अंतर्गत केस दर्ज कर लिया है। पुलिस ने कत्ल के समय उपयोग में की गई कुल्हाड़ी को भी बरामद कर लिया है। ਮੁੰਬਈ ਦੇ ਕਰੀਬ ਸਿਟੀ ਪੱਟੀ ਦੇ ਇਲਾਕੇ 'ਚ ਹੋਇਆ ਸੀ। ਉਸ ਮਰਡਰ ਦੇ ਸੰਬੰਧ 'ਚ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਹੈ। ਇੱਕ 30 ਤੋਂ 32 ਸਾਲ ਦੀ ਇੱਕ ਲੜਕੀ ਸੀ ਕਿਰਨਦੀਪ ਕੌਰ, ਜਿਹੜੀ ਕਿ ਵਾਰਡ ਨੰਬਰ 1 ਪੱਟੀ ਦੇ ਵਿੱਚ ਰਹਿਣ ਵਾਲੀ ਸੀ। ਉਹਨਾਂ ਦੀ ਡੈੱਡ ਬੋਡੀ ਰੇਲਵੇ ਸਟੇਸ਼ਨ ਪੱਟੀ ਦੇ ਨੇੜੇ ਤੋਂ ਉਹ ਬਰਾਮਦ ਕੀਤੀ ਗਈ ਸੀ। ਤਾਂ ਜਦੋਂ ਤਫਤੀਸ਼ ਕੀਤੀ ਗਈ ਤਾਂ ਇਹ ਪਾਇਆ ਗਿਆ ਕਿ ਉਹਨਾਂ ਦੇ ਜਿਹੜੇ ਹਸਬੈਂਡ ਸੀ ਅਮਰਜੀਤ ਸਿੰਘ ਉਰਫ ਸੋਨੂ, ਉਹਨਾਂ ਨੇ ਆਪਣੀ ਵਾਈਫ ਦਾ ਜਿਹੜਾ ਹੈ ਮਰਡਰ ਕੀਤਾ ਸੀ ਕੁਲਹਾੜੀ ਉਹਨਾਂ ਦੇ ਸਿਰ ਤੇ ਮਾਰ ਕੇ। ਇਸ ਦਾ ਪਰਪਸ ਇਸਦਾ ਜਿਹੜੀ ਮੋਟੀਵੇਸ਼ਨ ਹੁਣ ਤੱਕ ਸਾਹਮਣੇ ਆਈ ਹੈ, ਹੁਣ ਤੱਕ ਦੀ ਤਫਤੀਸ਼ ਤੋਂ ਉਹ ਇਹ ਆਈ ਹੈ ਕਿ ਇਹਨਾਂ ਦਾ ਵਿਆਹ 2011 ਤੋਂ ਹੋਇਆ ਸੀ, ਬਟ ਇਹਨਾਂ ਦਾ ਕੋਈ ਬੱਚਾ ਨਹੀਂ ਸੀ। ਤਾਂ ਇਹਨਾਂ ਦੇ ਹਸਬੈਂਡ ਨੂੰ ਕੋਈ ਸ਼ੱਕ ਸੀ ਕਿ ਸ਼ਾਇਦ ਇਹਨਾਂ ਦੀ ਵਾਈਫ ਦਾ ਕਿਸੇ ਔਰ ਬੰਦੇ ਦੇ ਨਾਲ ਕੋਈ ਐਕਸਟਰਾ ਮੈਰਿਟਲ ਅਫੇਅਰ ਹੈ। ਤਾਂ ਇਸ ਦੇ ਕਰਦੇ ਹੋਏ ਕੋਈ ਉੱਥੇ ਝਗੜਾ ਹੋਇਆ, ਜਿਸ ਕਰਕੇ ਇਹਨਾਂ ਨੇ ਆਪਣੀ ਵਾਈਫ ਨੂੰ ਸ਼ਾਰਪ ਐਜ ਵੈਪਨ ਤੋਂ ਸਿਰ ਤੇ ਅਟੈਕ ਕੀਤਾ ਔਰ ਕਰਕੇ ਮਾਰਤਾ। ਤੇ ਦੋਸ਼ੀ ਜਿਹੜਾ ਸੀ ਉਹ ਕਾਫੀ ਜਲਦੀ ਸਪੈਸ਼ਲੀ DSP ਪੱਟੀ ਤੇ SHO ਸਿਟੀ ਪੱਟੀ ਦੇ ਐਫਰਟਸ ਨਾਲ ਦੋਸ਼ੀ ਕੱਲ ਰਾਤ ਨੂੰ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ।